ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦਾ ਇੱਕ ਖਾਸ ਨਿਊਜ਼ ਬੁਲੇਟਿਨ। ਇਸ ਨਿਊਜ਼ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ। ਖਬਰ ਪੰਜਾਬ ਦੇ ਵਿੱਚੋਂ ਹੈ। ਪੰਜਾਬ ਦੇ ਕੋਟਕਪੂਰਾ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਬੇਅਦਬੀ ਮਾਮਲਿਆਂ ਦੇ ਇਨਸਾਫ਼ ਦੇ ਲਈ ਪ੍ਰਦਰਸ਼ਨ ਦੀ ਸ਼ੁਰੂਆਤ ਹੋਣੀ ਹੈ। ਜੀ ਹਾਂ, ਕੋਟਕਪੂਰਾ ਦੇ ਚੌਂਕ ਦੇ ਵਿੱਚ ਅੱਜ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਇਕੱਠ ਹੋਣਾ ਹੈ। ਇਹ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੋਣਾ, ਜਿੱਥੇ ਅਕਾਲੀ ਟਕਸਾਲੀ ਅਤੇ ਉਹਨਾਂ ਦੇ ਨਾਲ ਹੀ ਵੱਡੀਆਂ ਸਿਆਸੀ ਧਿਰਾਂ ਦੇ ਆਗੂ ਮੌਜੂਦ ਹੋਣਗੇ, ਜਿਨ੍ਹਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਪਰਮਿੰਦਰ ਸਿੰਘ ਢੀਂਡਸਾ, ਸਿਮਰਜੀਤ ਬੈਂਸ ਦਾ ਵੀ ਸਮਰਥਨ ਹੈ ਇਸ ਇਕੱਠ ਨੂੰ। ਦੱਸ ਦਈਏ ਕਿ ਬੇਅਦਬੀ ਮਾਮਲਿਆਂ ਦੇ ਇਨਸਾਫ਼ ਦੇ ਲਈ ਇਕੱਠ ਹੋਣ ਜਾ ਰਿਹਾ, ਜਿਸ ਇਕੱਠ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਅੱਜ ਸੁਪਰੀਮ ਕੋਰਟ ਦੇ ਵੱਲੋਂ ਆਈ ਹੋਈ ਜੱਜਮੈਂਟ ਨੂੰ ਸਾੜ ਕੇ ਆਪਣਾ ਸੰਕੇਤਕ ਪ੍ਰਦਰਸ਼ਨ ਕੀਤਾ ਜਾਣਾ ਹੈ। ਇਹਨਾਂ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਇਹਨਾਂ ਧਾਰਮਿਕ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਆਪਣੀ ਸਹਿਮਤੀ ਨਹੀਂ ਜਤਾਈ। ਇਸ ਦੇ ਚੱਲਦੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ। ਦੱਸ ਦਈਏ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਇਕੱਠ ਹੋਣ ਜਾ ਰਿਹਾ ਹੈ ਕੋਟਕਪੂਰਾ ਦੇ ਚੌਂਕ ਦੇ ਵਿੱਚ। ਅੱਜ ਇਹ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾਣਾ, ਜਿਸ ਪ੍ਰਦਰਸ਼ਨ ਨੂੰ ਸੁਖਪਾਲ ਸਿੰਘ ਖਹਿਰਾ ਨੇ ਵੀ ਖੁੱਲ੍ਹੇ ਤੌਰ ਦੇ ਉੱਤੇ ਸਮਰਥਨ ਦਿੱਤਾ ਹੈ ਅਤੇ ਸਿਮਰਜੀਤ ਬੈਂਸ ਦੇ ਵੱਲੋਂ ਵੀ ਖੁੱਲ੍ਹਾ ਸਮਰਥਨ ਦਿੱਤਾ ਗਿਆ। ਕੀ ਕੁਝ ਸਿਮਰਜੀਤ ਬੈਂਸ ਨੇ ਇਸ ਮਸਲੇ ਦੇ ਉੱਤੇ ਕਿਹਾ, ਉਹ ਸੁਣਦੇ ਹਾਂ। ਕੋਟਕਪੂਰਾ ਵਿਖੇ ਹਾਈ ਕੋਰਟ ਦੇ ਇਸ ਹੁਕਮ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਐਂਡ ਲੋਕ ਇਨਸਾਫ਼ ਪਾਰਟੀ ਭਾਈ ਸਾਹਿਬ ਦੇ ਇਸ ਪ੍ਰੋਗਰਾਮ ਨੂੰ ਸਮਰਪਿਤ ਹੈਗੀ ਆ। ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਾ ਡੀਸੀ ਦਫ਼ਤਰਾਂ ਦੇ ਉੱਤੇ, ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਇਸ ਫੈਸਲੇ ਦੀਆਂ ਕਾਪੀਆਂ ਸਾੜਾਂਗੇ। ਦੋਸਤੋ, ਯਾਦ ਆ ਤੁਹਾਨੂੰ ਕਿੰਨਾ ਕੁਛ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦੀਆਂ ਸਹੁੰ ਸੰਗੰਧਾਂ ਤੋਂ ਬਾਅਦ, ਕਦੇ CBI ਨੂੰ ਚਲੇ ਗਿਆ, ਕਦੇ CBI ਤੋਂ ਵਾਪਸ ਆ ਗਿਆ, ਕਦੇ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਲਾਈਵ। ਆਖਿਰਕਾਰ ਹੋਇਆ ਕਿ ਲਿੰਗਰ ਔਨ SIT ਬਣੀ ਕੁੰਵਰ ਵਿਜੇ ਪ੍ਰਤਾਪ। ਲੋਕਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਕਿ ਨਿਆਂ ਮਿਲੇਗਾ, ਉਹਨਾਂ ਲੋਕਾਂ ਨੂੰ ਸਜ਼ਾਵਾਂ ਹੋਣਗੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ 'ਤੇ ਰੋਲਿਆ, ਉਹਨਾਂ ਲੋਕਾਂ ਨੂੰ ਬੇਨਕਾਬ ਕਰਦੇ ਹੋਏ ਸਜ਼ਾਵਾਂ ਹੋਣਗੀਆਂ ਜਿਨ੍ਹਾਂ ਨੇ ਨਿਹੱਥੀ ਸੰਗਤ ਦੇ ਉੱਤੇ ਗੋਲੀਆਂ ਚਲਾਈਆਂ। ਪਰ ਅਫਸੋਸ ਹੈ ਕਿ 5 ਸਾਲ ਬੀਤ ਜਾਣ ਲੱਗੇ ਆ, ਕੋਈ ਆਸ ਦੀ ਕਿਰਨ ਨਹੀਂ। ਲਿੰਗਰ ਔਨ ਮਤਲਬ ਕਿ ਇਸ ਮਸਲੇ ਨੂੰ ਮੱਧਮ ਕਰਕੇ ਖਤਮ ਕਰ ਦਿਓ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿਹਨੇ ਗੁਰੂ ਘਰ ਨਾਲ ਮੱਥਾ ਲਾਇਆ, ਚਾਹੇ ਉਹ ਜ਼ਕਰੀਆ ਖਾਨ ਆ ਅਤੇ ਚਾਹੇ ਮੱਸਾ ਰੰਗੜ ਆ, ਕੌਮ ਨੇ ਕਦੇ ਬਖਸ਼ਿਆ ਨਹੀਂ ਗਾ। ਇਤਿਹਾਸ ਦੇ ਵਿੱਚੋਂ ਉਸ ਖਾਨਦਾਨ ਦਾ ਨਾਮ ਖਤਮ ਹੋ ਗਿਆ। ਉਧਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰੇੜਕੇ ਦੇ ਵਿੱਚ ਨਵਾਂ ਮੋੜ ਉਸ ਵਕਤ ਆ ਗਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਨਰਲ JJ ਸਿੰਘ ਦੀ ਉਦਾਹਰਨ ਦਿੱਤੀ ਗਈ ਸੀ। ਜਨਰਲ JJ ਸਿੰਘ ਦੀ ਉਦਾਹਰਨ ਦੇਣੀ ਹੁਣ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਹੀ ਭਾਰੀ ਪੈ ਰਹੀ ਹੈ, ਕਿਉਂਕਿ ਜਨਰਲ JJ ਸਿੰਘ ਨੇ ਹੁਣ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਦੇ ਉੱਤੇ ਲਿਆ ਰਿਹਾ ਹੈ। ਇੱਕ ਤੋਂ ਬਾਅਦ ਇੱਕ ਲਗਾਤਾਰ ਜਨਰਲ JJ ਸਿੰਘ ਦੇ ਵੱਲੋਂ ਟਵੀਟ ਕੀਤੇ ਜਾ ਰਹੇ ਨੇ, ਜਿਨ੍ਹਾਂ ਟਵੀਟਾਂ ਦੇ ਵਿੱਚ ਜਨਰਲ JJ ਸਿੰਘ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਮੰਸ਼ਾ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਵਾਂਗ ਸਵਾਲ ਚੁੱਕ ਰਹੇ ਨੇ। ਇੱਕ ਵਾਰ ਫਿਰ ਤੋਂ ਇੱਕ ਟਵੀਟ ਨਵਾਂ ਜਨਰਲ JJ ਸਿੰਘ ਨੇ ਕੀਤਾ। ਇਹ ਵੀ ਦੱਸਦੀ ਕਿ ਜਨਰਲ JJ ਸਿੰਘ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਹੈ ਅਤੇ ਚੈਲੰਜ ਕੀਤਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਸੀਂ ਪਟਿਆਲੇ ਦੇ ਵਿੱਚੋਂ ਚੋਣ ਲੜਨ ਦਾ ਚੈਲੰਜ ਕਰਦੇ ਹੋ, ਮੈਂ ਪੂਰੇ ਪੰਜਾਬ ਦੇ ਵਿੱਚੋਂ ਪਟਿਆਲਾ ਛੱਡ ਕਿਤੇ ਵੀ ਮੇਰੇ ਨਾਲ ਚੋਣ ਲੜੋ, ਮੈਂ ਤੁਹਾਨੂੰ ਚਾਰੋ ਖਾਨੇ ਜਿੱਤ ਕਰ ਦੇਵਾਂਗਾ। ਇਹ ਕਹਿਣਾ ਹੈ ਜਨਰਲ JJ ਸਿੰਘ ਦਾ, ਸਿੱਧਾ ਚੈਲੰਜ ਜਨਰਲ JJ ਸਿੰਘ ਦੇ ਵੱਲੋਂ ਵੀ ਇੱਕ ਇੰਟਰਵਿਊ ਦੇ ਦਰਮਿਆਨ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ, ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਨਸਾਫ਼ ਨਹੀਂ ਦੇ ਸਕਦੇ। ਪੰਜਾਬ ਦੇ ਵਿੱਚ ਬੇਅਦਬੀ ਮਾਮਲਿਆਂ ਦੇ ਉੱਤੇ ਰਲੀ ਮਿਲੀ ਸਿਆਸਤ ਚੱਲ ਰਹੀ ਹੈ, ਇੱਕ ਵਾਰ ਫਿਰ ਤੋਂ ਰਲੀ ਮਿਲੀ ਅਤੇ ਘਿਓ ਖਿਚੜੀ ਵਰਗੇ ਸ਼ਬਦਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬੁਲਾਇਆ ਜਾ ਰਿਹਾ ਹੈ। ਇੱਕ ਵਾਰ ਫਿਰ ਤੋਂ ਜੋ ਟਵੀਟ ਜਨਰਲ JJ ਸਿੰਘ ਨੇ ਕੀਤਾ ਉਹ ਬੜੀਆਂ ਚਰਚਾਵਾਂ ਦੇ ਵਿੱਚ। ਇਸ ਟਵੀਟ ਦੇ ਵਿੱਚ ਜਨਰਲ JJ ਸਿੰਘ ਲਿਖਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ, ਉੱਚੇ ਘਰਾਣਿਆਂ ਨੇ ਸਦਾ ਪੰਜਾਬ ਦੇ ਗਰੀਬਾਂ ਦਾ ਲਹੂ ਪੀਤਾ ਹੈ, ਇਹਨਾਂ ਤੋਂ ਇਨਸਾਫ਼ ਦੀ ਆਸ ਰੱਖਣਾ ਬਹੁਤ ਵੱਡੀ ਭੁੱਲ ਹੋਏਗੀ। ਇਸ ਦੇ ਵਿੱਚ ਟੈਗ ਕਰਦੇ ਨੇ ਇਸ ਪੋਸਟ ਨੂੰ, ਉਹ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੂੰ। ਇਹ ਵੱਡੀ ਗੱਲ ਹੈ ਕਿ ਟੈਗ ਕਰਕੇ ਪੋਸਟ ਪਾਈ ਗਈ ਹੈ, ਸਿੱਧੇ ਤੌਰ ਦੇ ਉੱਤੇ ਸੰਕੇਤ ਪੰਜਾਬ ਦੇ ਲੋਕਾਂ ਨੂੰ ਜਨਰਲ JJ ਸਿੰਘ ਨੇ ਦੇ ਦਿੱਤੇ ਨੇ। ਉਧਰ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਦੇ ਵੱਲ ਜਾ ਸਕਦੇ ਨੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੀਤੇ ਦਿਨ ਇਸ ਗੱਲ ਦੇ ਸੰਕੇਤ ਦਿੱਤੇ ਗਏ ਕਿ ਲਗਾਤਾਰ ਕੇਜਰੀਵਾਲ ਦੇ ਨਾਲ ਖੁਫੀਆ ਮੀਟਿੰਗਾਂ ਨਵਜੋਤ ਸਿੰਘ ਸਿੱਧੂ ਦੀਆਂ ਚੱਲ ਰਹੀਆਂ ਨੇ, ਜਿਸ ਤੋਂ ਇਹ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਜਾਣਗੇ। ਪਰ
ਇਸੇ ਦੇ ਦਰਮਿਆਨ ਚਰਚਾਵਾਂ ਇਹ ਵੀ ਕਈ ਪਾਸਿਓਂ ਸੀ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਿੱਚ ਜਾ ਰਹੇ ਨੇ। ਹਾਲਾਂਕਿ ਬਹੁਤੇ ਵੱਡੇ ਪੱਧਰ ਦੇ ਉੱਤੇ ਚਰਚਾਵਾਂ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੇ ਨਾਲ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦਾ ਛੱਤੀ ਦਾ ਅੰਕੜਾ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੈ ਕੇ ਭਾਜਪਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਜਾਂਦੇ ਸਭ ਨੂੰ ਸਾਫ਼ ਸੀ, ਪਰ ਫਿਰ ਵੀ ਭਾਜਪਾ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਗਈ ਹੈ। ਭਾਜਪਾ ਆਗੂ ਹਰਜੀਤ ਕਰੇਵਾਲ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਭਾਜਪਾ 'ਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਅੱਗੇ ਨਹੀਂ ਲਾਵਾਂ ਕਿ ਉਹਨਾਂ ਨੂੰ ਕਿਸੇ ਦੇ ਅਧੀਨ ਰਹਿ ਕੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਅਤੇ ਹੋਰ ਕਈ ਵੱਡੀਆਂ ਗੱਲਾਂ ਹਰਜੀਤ ਕਰੇਵਾਲ ਕਰਕੇ ਨੇ। ਸਰਦਾਰ ਨਵਜੋਤ ਸਿੰਘ ਸਿੱਧੂ ਦੇ BJP 'ਚ ਆਉਣ ਬਾਰੇ ਜਾਂ ਬਾਕੀ ਪਾਰਟੀਆਂ ਜਾਣ ਬਾਰੇ ਅਕਲਾਂ ਗਰਮ ਹੋ ਗਈਆਂ ਨੇ, ਅਤੇ ਨਵਜੋਤ ਸਿੰਘ ਸਿੱਧੂ ਨੂੰ ਪਹਿਲੀ ਗੱਲ ਤਾਂ BJP 'ਚ ਆਉਣ ਵਾਸਤੇ ਅਨੁਸ਼ਾਸਨਹੀਨਤਾ ਛੱਡਣੀ ਪੈਣੀ ਹੈ, ਡਿਸਿਪਲਿਨ 'ਚ ਰਹਿਣ ਦੀ ਆਦਤ ਪਾਉਣੀ ਪੈਣੀ ਹੈ, ਔਰ ਉਹ ਦੂਸਰਾ ਕਿਸੇ ਦੇ ਪਿੱਛੇ ਲੱਗ ਕੇ ਵੀ ਕੰਮ ਕਰਨਾ ਪੈਂਦਾ, ਕਿਸੇ ਜਗ੍ਹਾ ਅੱਗੇ ਲੱਗ ਕੇ ਕਰਨਾ ਹੁੰਦਾ, ਉਹ ਅੱਗੇ ਲੱਗ ਕੇ ਕੰਮ ਕਰਨ ਦੇ ਆਦੀ ਹੈ, ਪਿੱਛੇ ਲੱਗ ਕੇ ਨਹੀਂ। ਅਤੇ ਸੰਗਠਨ ਦੇ ਵਿੱਚ ਤਾਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੁੰਦਾ, ਸਾਡੇ ਤਾਂ ਸਮੂਹਿਕ ਫੈਸਲੇ ਹੁੰਦੇ ਆ, ਕੋਈ ਆਪਣਾ ਫੈਸਲਾ ਵਿਅਕਤੀਗਤ ਫੈਸਲਾ ਇੱਥੇ ਨਹੀਂ ਥੋਪ ਸਕਦਾ, ਅਤੇ ਸਮੂਹਿਕ ਫੈਸਲੇ ਹੁੰਦੇ ਆ, ਔਰ ਦੇਸ਼ ਹਿੱਤ ਦੇ ਫੈਸਲੇ ਹੁੰਦੇ ਆ, ਸਮਾਜ ਹਿੱਤ ਦੇ ਮਾਰਗ 'ਤੇ ਚੱਲਣਾ ਹੁੰਦਾ। ਅਤੇ ਨਵਜੋਤ ਸਿੰਘ ਸਿੱਧੂ ਨੂੰ ਜਲਦੀ ਆ ਮੁੱਖ ਮੰਤਰੀ ਬਣਨ ਦੀ, ਸਾਡੀ ਪਾਰਟੀ ਪੰਜਾਬ ਦੇ ਅੰਦਰ ਮੁੱਖ ਮੰਤਰੀ ਦਾ ਚਿਹਰਾ ਕਿਸੇ ਦਲਿਤ ਨੂੰ ਲਿਆਏਗੀ, ਕਿਉਂਕਿ ਅਸੀਂ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਨੂੰ ਮੰਨਦੇ ਹਾਂ। ਗੁਰੂ ਨਾਨਕ ਦੇਵ ਨੇ ਮਲਿਕ ਭਾਗੋ ਨੂੰ ਛੱਡ ਕੇ ਕਿਰਤੀ ਕਾਮੇ ਮਜ਼ਦੂਰ ਭਾਈ ਲਾਲੋ ਦਾ ਸਤਿਕਾਰ ਕੀਤਾ। ਪੰਜਾਬ ਦੇ ਅੰਦਰ ਦੇਸ਼ ਦੀ ਸਭ ਤੋਂ ਬੜੀ ਆਬਾਦੀ ਦਲਿਤ ਆਬਾਦੀ ਰਹਿੰਦੀ ਹੈ ਰੇਸ਼ੋ ਦੇ ਹਿਸਾਬ ਨਾਲ, ਅਤੇ ਦਲਿਤਾਂ ਨੂੰ ਇਸ ਵਾਰ ਅੱਗੇ ਲਾਉਣ ਦਾ ਵਿਚਾਰ ਆ, ਅਤੇ ਨਵਜੋਤ ਸਿੰਘ ਸਿੱਧੂ ਨੇ ਜਾਂ ਕਿਸੇ ਨੇ ਵੀ ਜਿਹਨੇ ਆਉਣਾ ਹੋਵੇ ਉਹ ਦਲਿਤਾਂ ਦੀ ਜਿੰਦਾਬਾਦ ਕਰਕੇ ਉਹਨਾਂ ਦੇ ਪਿੱਛੇ ਲੱਗ ਕੇ ਜੇ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਆ ਸਕਦੇ ਆ। ਉਧਰ ਇੱਕ ਪਾਸੇ ਜਿੱਥੇ ਬੇਅਦਬੀ ਮਾਮਲਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਘਿਰੀ ਹੋਈ ਹੈ, ਉਧਰ ਦੂਜੇ ਪਾਸੇ ਇਸ ਮਾਮਲੇ ਦੇ ਇਲਾਵਾ ਕਿਸਾਨੀ ਦੇ ਮਸਲੇ ਦੇ ਉੱਤੇ ਵੀ ਪੰਜਾਬ ਸਰਕਾਰ ਕੋਈ ਬਹੁਤੀ ਬਾਇਜ਼ਤ ਬਰੀ ਨਹੀਂ ਹੋ ਰਹੀ, ਕਿਉਂਕਿ ਇਸ ਮਸਲਿਆਂ ਦੇ ਵਿੱਚ ਹਜੇ ਤੱਕ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਹੇ ਨੇ, ਵਾਰਦਾਨਾ ਉਹਨਾਂ ਦੇ ਕੋਲ ਪੂਰਾ ਨਹੀਂ ਹੋ ਰਿਹਾ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਰਦਾਨੇ ਅਤੇ ਮੰਡੀਆਂ ਦੇ ਵਿੱਚ ਆ ਰਹੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ। ਦੇਖੋ ਜੀ, ਇਹਨਾਂ ਨੇ ਪੰਜਾਬ ਸਰਕਾਰ ਨੇ ਸਾਨੂੰ ਲੁੱਟਣ ਦੀ ਕੋਈ ਹੱਦ ਨਹੀਂ ਛੱਡੀ, ਇਹਨਾਂ ਦੀ ਮਤਲਬ ਠੱਗੀ ਜਿਹੜੀ ਇਹਨਾਂ ਨੇ ਸਾਡੇ ਨਾਲ ਮਾਰੀ ਆ ਉਹ ਹੈ ਵੀ 20 ਰੁਪਈਆਂ ਵਾਲਾ ਜਿਹੜਾ ਗੱਟਾ ਮਿਲਣਾ ਸੀ ਉਹ 45 'ਚ ਵਿਕਿਆ, ਔਰ ਇਹ ਇਕੱਲਾ ਨਹੀਂ, ਇਕੱਲਾ ਫਰੀਦਕੋਟ ਨਹੀਂ, ਇਹ ਸਾਰੇ ਪੰਜਾਬ ਦੇ ਵਿੱਚ ਇਹ ਹਾਲ ਕੀਤਾ। ਅਤੇ ਨੂਰਪੁਰ ਬੇਦੀ ਤੋਂ ਵੀ ਸਾਨੂੰ ਖਬਰਾਂ ਮਿਲੀਆਂ ਸੀ, ਉੱਥੇ ਹਾਲੇ ਵੀ ਜਿਹੜਾ ਬਾਰਦਾਨੇ ਦੀ ਸਮੱਸਿਆ ਜਿਵੇਂ ਖਾਰੇ ਆ, ਜਿਵੇਂ ਵਾਲੇ ਦਰਾਕੇ ਆ, ਉਵੇਂ ਨੂਰਪੁਰ ਬੇਦੀ ਵੀ ਇਹ ਹੱਲ। ਅਤੇ ਅਸੀਂ ਫਿਰ ਇੱਥੇ ਰੋਪੜ ਵੀ ਆਏ ਸੀ ਅਤੇ ਇੱਥੇ ਲਿਫਟਿੰਗ ਦੀ ਸਮੱਸਿਆ ਬੜੀ ਵੱਡੀ ਹੈ ਜੀ, ਸੋ ਉਹਦੇ ਵਾਸਤੇ ਅਸੀਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣ ਗਏ ਸੀ, ਉਹਨਾਂ ਕਰੋਨਾ ਬਹਾਨਾ ਲਾ ਕੇ ਉਹ ਹੈ ਹੀ ਨਹੀਂ ਉੱਥੇ, ਦਫ਼ਤਰ ਹੀ ਹੈ ਨਹੀਂ। ਸੋ ਲੈਟਰ ਭੇਜ ਦਾਂਗੇ ਮੁੱਖ ਮੰਤਰੀ ਨੂੰ ਭੇਜਣਾ ਕਿ ਭਾਈ ਇਹ ਠੱਗੀਆਂ ਬੰਦ ਕਰੋ ਪੰਜਾਬ ਨਾਲ, ਕਿਸਾਨ ਦੇ ਨਾਲ ਮਤਲਬ ਮਜ਼ਦੂਰ ਦੇ ਨਾਲ ਤੁਸੀਂ ਠੱਗੀ ਮਾਰ ਰਹੇ ਹੋ, ਫਿਰ ਠੱਗੀ ਬੰਦ ਕਰੋ। ਹੁਣ ਪਤਾ ਲੱਗ ਗਿਆ ਤੁਸੀਂ ਰਲ ਕੇ ਦੋਨੇ ਜਾਣੇ ਇੱਕ ਵਾਰੀ ਬੰਨੀ ਹੋਈ ਹੈ ਲੁੱਟਣ ਦੀ, ਸੋ ਉਹਦੇ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਅਤੇ ਅਸੀਂ ਇੱਥੇ ਅਫਸਰਾਂ ਨੂੰ ਵੀ ਬੁਲਾਇਆ ਅਤੇ ਉਹਨਾਂ ਨੂੰ ਕਿਹਾ ਵੀ ਲਿਫਟਿੰਗ ਕਰਾਓ ਜੀ ਰੋਪੜ ਵਾਲੀ ਮੰਡੀ 'ਚੋਂ, ਔਰ ਜਿਹੜੀ ਨੂਰਪੁਰ ਬੇਦੀ ਦੀਆਂ ਜਿਹੜੀਆਂ ਹੈਗੀਆਂ ਮੰਡੀਆਂ ਉੱਥੇ ਬਾਰਦਾਨੇ ਦਾ ਇੰਤਜ਼ਾਮ ਕਰਾਓ। ਬਾਹਲੀ ਪਰੇਸ਼ਾਨੀ ਹੈਗੀ ਆ ਰੋਜ਼, ਜੇ ਹੁਣ ਅੱਜ ਡੀਸੀ ਸਾਹਿਬ ਨੂੰ ਮਿਲਣ ਗਏ ਤਾਂ ਡੀਸੀ ਸਾਹਿਬ ਕਹਿੰਦੀ ਮੈਂ ਆਪਣੇ ਘਰ ਹੈ, ਕਰੋਨਾ ਵਿੱਚ ਹੈ, ਬੈਠੇ ਨਹੀਂ ਦਫ਼ਤਰ 'ਚ, ਬਹਿੰਦੇ ਨਹੀਂ, ਕੈਪਟਨ ਸਾਹਿਬ ਆਪਣੇ ਦਫ਼ਤਰ 'ਚ ਨਹੀਂ ਬਹਿੰਦੇ, ਉਹਦੇ ਅਫਸਰ ਆਪਣੇ ਦਫ਼ਤਰਾਂ 'ਚ ਨਹੀਂ ਬਹਿੰਦੇ, ਆਪਾਂ ਦਫ਼ਤਰਾਂ 'ਚ ਮਿਲ ਸਕਦੇ ਕਿਤੇ ਘਰੀ 'ਤੇ ਜਾ ਕੇ ਮਿਲ ਨਹੀਂ ਸਕਦੇ ਕਿਸੇ ਅਫਸਰ ਨੂੰ, ਇਸ ਕਰਕੇ ਬਹੁਤ ਮਾੜੀ ਗੱਲ ਹੈ। ਅੱਜ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ, ਸਾਡੇ ਹਲਕੇ ਦੇ ਲੋਕ ਵੀ ਤਰ੍ਹਾਂ ਤਰ੍ਹਾਂ ਕਰਦੇ ਆ, ਜੇ ਨਹੀਂ ਹੋਊਗਾ ਮੈਂ ਨੂਰਪੁਰ ਦੇ ਲੋਕਾਂ ਨਾਲ, ਜੇ ਉਹਨਾਂ ਨੂੰ ਵਾਰਦਾਨਾ ਨਹੀਂ ਦਿੱਤਾ ਇਹਨਾਂ ਨੇ, ਡੀਸੀ ਸਾਹਿਬ ਕੰਨ ਖੋਲ੍ਹ ਕੇ ਸੁਣ ਲਓ, ਉਹਦੇ ਨਾਲ ਧਰਨਾ 'ਚ ਬੈਠਾਂਗਾ, ਜਿੱਥੇ ਤੁਸੀਂ ਕਿਸਾਨ ਖਾਣਗੇ ਉੱਥੇ ਮੈਂ ਬੈਠਾਂਗਾ। ਤਿਉਂ ਰੁਕ ਕਰਾਂਗੇ ਕਰੋਨਾ ਮਹਾਂਮਾਰੀ ਦੇ ਕਹਿਰ ਦੇ ਵੱਲ। ਪੂਰੇ ਮੁਲਕ ਦੇ ਵਿੱਚ ਕਰੋਨਾ ਮਹਾਂਮਾਰੀ ਦਾ ਕਹਿਰ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਦਾ ਜਾ ਰਿਹਾ, 3 ਲੱਖ ਤੋਂ ਅੰਕੜੇ ਲਗਾਤਾਰ ਪਾਰ ਜਾਂਦੇ ਜਾ ਰਹੇ ਨੇ। ਗੱਲ ਪੰਜਾਬ ਦੀ ਕਰੀਏ ਤਾਂ ਹਾਲਾਤ ਪੰਜਾਬ ਦੇ ਵਿੱਚ ਵੀ ਕੋਈ ਬਹੁਤੇ ਸਾਰਥਕ ਨਹੀਂ। ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜੇਕਰ ਮੌਤਾਂ ਦੇ ਅੰਕੜੇ ਵੇਖੀਏ ਤਾਂ ਉਹ 150 ਦੇ ਲਗਭਗ ਹੋ ਗਏ ਨੇ। ਅੰਕੜੇ ਚਿੰਤਾ ਦਾ ਵਿਸ਼ਾ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਇਸ ਦੁਨੀਆ ਤੋਂ ਲੋਕਾਂ ਦਾ ਜਾਣਾ ਸਰਕਾਰ ਅਤੇ ਪ੍ਰਸ਼ਾਸਨ ਦੇ ਲਈ ਬਹੁਤ ਵੱਡੀ ਚਿੰਤਾ ਬਣਦਾ ਜਾ ਰਿਹਾ। ਇਸ ਦਰਮਿਆਨ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਕੁਝ ਤਿਆਰੀਆਂ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਸਰਕਾਰ ਦੀਆਂ ਨੇ, ਉਹ ਸੁਣਦੇ ਹਾਂ। ਐਸੇ ਕਿ ਪੂਰੇ ਪੰਜਾਬ ਕੇ ਨਹੀਂ, ਪੂਰੇ ਹਿੰਦੁਸਤਾਨ ਮੇਂ ਕਿ ਬਾਹਰਲੇ ਮੁਲਕੋਂ ਮੇਂ ਵੀ ਇਸਕਾ ਜੋ ਪਸਾਰਾ ਬੜ ਰਿਹਾ ਹੈ, ਲੇਕਿਨ ਹਮਾਰੇ ਕੋ ਇਤਿਹਾਸ ਵਰਤਣੇ ਕੀ ਜ਼ਰੂਰਤ ਹੈ। ਹਮ ਹਰ ਹਰਵਾ ਵਰਤ ਕੇ ਹਰ ਤਰੀਕੇ ਸੇ ਇਸਕੋ ਰੋਕਣੇ ਕੇ ਲੀ ਪੂਰੀ ਹਮਾਰੀ ਜੋ ਮੈਡੀਕਲ ਟੀਮੇਂ ਉਹ ਕਾਮ ਕਰ ਰਹੀ ਹੈ, ਲੇਕਿਨ ਹਮਾਰੇ ਪਾਸ ਕੁਛ ਕਮੀਆਂ ਹੈ,
जैसे सबसे बड़ी कमी तो आज इस बीमारी में सबसे ज़्यादा जरूरत ऑक्सीजन की होती है, वो हम हैंड टू माउथ ही हैं। कोई प्रॉपर जी अभी हमारे पास जो सप्लाई का पूरा जो भंडार कह सकते हैं वो नहीं है। और दूसरा जो खास करके रेमडेसिविर जो इसमें ज़्यादातर प्रयोग हो रहा है उसकी भी शॉर्टेज है, वो भी प्रॉपर मात्रा में जितनी हमारी रिक्वायरमेंट है उतना हमको नहीं मिल रहा। और तीसरा जो सबसे बड़ी बात है कि जो वैक्सीन की बात है जिसने इसको रोकना है वो भी हमारे को पूरी मात्रा में शेड्यूल के हिसाब से नहीं मिल रही, वो बड़ी कम मिल रही है। उसी कारण हमारा जो काम है उसमें बहुत सारी रुकावटें आ रही हैं। ਤੁਸੀਂ ਬਲਵੀਰ ਸਿੰਘ ਹੁਣਾਂ ਦਾ ਬਿਆਨ ਸੁਣਿਆ ਜਿਸ ਦੇ ਵਿੱਚ ਬਲਵੀਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹਜੇ ਤੱਕ ਟੀਕਿਆਂ ਦੀ ਪੂਰਤੀ ਨਹੀਂ ਹੋਈ। 1 ਮਈ ਤੋਂ ਪੂਰੇ ਮੁਲਕ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਦੀ ਸ਼ੁਰੂਆਤ ਹੋਣੀ ਆ, ਪਰ ਜੇਕਰ ਪੰਜਾਬ ਦੇ ਵਿੱਚ ਟੀਕੇ ਨਹੀਂ ਪਹੁੰਚਦੇ ਤਾਂ ਇਹ ਬਹੁਤ ਵੱਡੀ ਸਮੱਸਿਆ ਹੋਏਗੀ। ਲੁਧਿਆਣਾ ਸ਼ਹਿਰ ਦੇ ਵੱਲ ਰੁਕ ਕਰੀਏ ਤਾਂ ਲੁਧਿਆਣਾ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਲਈ ਪੂਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਨੇ, ਪਰ ਉਹਨਾਂ ਕੋਲ ਹਜੇ ਤੱਕ ਵੈਕਸੀਨੇਸ਼ਨ ਨਹੀਂ ਪਹੁੰਚੀ, ਜਿਸ ਕਰਕੇ ਟੀਕਾਕਰਨ ਦੇ ਵਿੱਚ ਦੇਰੀ ਹੋ ਸਕਦੀ ਹੈ। ਸਰ, ਇਹਦੇ ਵਿੱਚ ਮੈਂ ਇਹ ਚੀਜ਼ ਕਲੀਅਰ ਕਰਨੀ ਚਾਹੁੰਦਾ ਹਾਂ ਵੀ ਜਿਹੜੀ 45 ਸਾਲ ਤੋਂ ਉੱਪਰ ਦੀ ਜਿਹੜੀ ਵੈਕਸੀਨ ਦੀ ਕਵਰੇਜ ਦਾ ਪ੍ਰੋਗਰਾਮ ਜੋ ਚੱਲ ਰਿਹਾ ਸੀਗਾ ਉਹ ਐਜ਼ ਇਟ ਇਜ਼ ਚੱਲਦਾ ਰਹੇਗਾ। 18 ਤੋਂ 45 ਸਾਲ ਵਾਸਤੇ ਜੋ ਸਾਨੂੰ ਗਾਈਡਲਾਈਨਸ ਰਿਸੀਵ ਹੋਈਆਂ ਨੇ ਉਹਦੇ ਵਿੱਚ ਇਹ ਹੈਗੇ ਵੀ ਸਟੇਟ ਗਵਰਨਮੈਂਟ ਨੇ ਆਪਣੀ ਵੈਕਸੀਨ ਪ੍ਰੋਵਾਈਡ ਕਰਨੀ ਉਸ ਏਜ ਗਰੁੱਪ ਵਾਸਤੇ, ਅਤੇ ਉਹ ਵੈਕਸੀਨ ਜਿਹੜੀ ਹੈ ਉਹ ਹਾਲੇ ਜਿਹੜੀ ਸਾਡੇ ਕੋਲ ਸਪਲਾਈ ਹੈਗੀ ਹੈ ਉਹ ਸੈਂਟਰ ਗਵਰਨਮੈਂਟ ਦੇ ਕ੍ਰਾਈਟੀਰੀਆ ਦੇ ਹਿਸਾਬ ਨਾਲ ਹੈਗੀ ਹੈ, ਔਰ ਉਹਦੇ ਵਿੱਚ ਹੀ ਉਸ ਵੈਕਸੀਨੇਸ਼ਨ 45 ਸਾਲ ਤੋਂ ਪਲੱਸ ਜਾਰੀ ਰਹੇਗੀ। 18 ਤੋਂ 45 ਵਾਸਤੇ ਹਾਲੇ ਸਾਡੇ ਕੋਲ ਸਟੇਟ ਗਵਰਨਮੈਂਟ ਤੋਂ ਕੋਈ ਗਾਈਡਲਾਈਨ ਜਾਂ ਵੈਕਸੀਨ ਹਾਲੇ ਪ੍ਰਾਪਤ ਨਹੀਂ ਹੋਈ ਹੈ, ਅਤੇ ਇਸ ਕਰਕੇ ਉਹਨਾਂ ਵਾਸਤੇ ਹਾਲੇ ਅਸੀਂ ਪ੍ਰੋਗਰਾਮ ਕੈਂਪਸ ਔਨ ਹੋਲਡ ਰੱਖੇ ਹੋਏ ਹੈ। ਜਿੱਦਾਂ ਸਾਨੂੰ ਗਾਈਡਲਾਈਨਸ ਮਿਲਦੀਆਂ ਨੇ ਜਾਂ ਵੈਕਸੀਨ ਮਿਲਦੀ ਹੈ ਅਸੀਂ 18 ਤੋਂ 45 ਦਾ ਵੀ ਵੈਕਸੀਨ ਦਾ ਕੈਂਪੇਨ ਟੇਕਅਪ ਕਰਾਂਗੇ। ਮਤਲਬ ਹਜੇ ਇੱਕ ਤਰੀਕ ਤੋਂ ਸਟਾਰਟਿੰਗ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ ਕੀਤੀ। ਮੇਰੇ ਵੱਲੋਂ ਤਿਆਰੀ ਹੈ ਸਰ, ਵੈਕਸੀਨ ਸਟੇਟ ਗਵਰਨਮੈਂਟ ਵੱਲੋਂ ਆਉਣੀ ਹੈ, ਜਦੋਂ ਆਏਗੀ ਤਾਂ ਉਸ ਵੇਲੇ ਅਸੀਂ 48 ਘੰਟੇ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਵਾ ਦਾਂਗੇ। ਉਧਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ 400 ਸਾਲਾ ਇਸ ਵਕਤ ਸਾਰਾ ਸਿੱਖ ਪੰਥ ਮਨਾ ਰਿਹਾ। 400 ਸਾਲੇ ਦੇ ਸੰਬੰਧ ਦੇ ਵਿੱਚ ਲਗਾਤਾਰ ਧਾਰਮਿਕ ਸਮਾਗਮ ਹੋ ਰਹੇ ਨੇ, ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਵੀ ਅਪੀਲ ਜਿਹੜੀ ਬੀਬੀ ਜਗੀਰ ਕੌਰ ਦੇ ਵੱਲੋਂ ਕੀਤੀ ਗਈ ਹੈ, SGPC ਪ੍ਰਧਾਨ ਨੇ ਇੱਥੋਂ ਤੱਕ ਕਿ ਕਰੋਨਾ ਮਹਾਮਾਰੀ ਨੂੰ ਲੈ ਕੇ ਵੀ ਸਰਕਾਰ ਦੇ ਉੱਤੇ ਟਿੱਪਣੀ ਕੀਤੀ ਹੈ। ਇਹ ਠੀਕ ਹੈ, ਅੱਜ ਬਹੁਤ ਸਾਰੀਆਂ ਸੰਗਤਾਂ ਦੇ ਮਨ 'ਚ ਰੀਝ ਵੀ ਹੈ, ਸ਼ਰਧਾ ਵੀ ਹੈ ਕਿ ਸਾਰੇ ਅਸੀਂ ਇੱਥੇ ਪਹੁੰਚ ਕੇ ਲੱਖਾਂ ਦੀ ਗਿਣਤੀ 'ਚ ਸਜਦਾ ਕਰ ਸਕੀਏ, ਪਰ ਅਫਸੋਸ ਹੈ ਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਪਏ ਹੈ। ਇਹ ਜਿਹੜੀ ਬਿਮਾਰੀ ਹੈ ਬਹੁਤ ਹੀ ਗੰਭੀਰ ਬਿਮਾਰੀ ਗੰਭੀਰਤਾ ਦਾ ਰੂਪ ਇਹਨੇ ਧਾਰ ਲਿਆ, ਔਰ ਸੰਗਤਾਂ ਵਿੱਚ ਜਿੱਥੇ ਸਰਕਾਰਾਂ ਵੱਲੋਂ ਵੀ ਇਸ ਗੱਲ ਦੇ ਉੱਤੇ ਸੁਚੇਤ ਕੀਤਾ ਜਾ ਰਿਹਾ, ਉੱਥੇ ਨਾਲ ਨਾਲ ਸੰਗਤਾਂ ਦੇ ਮਨਾਂ ਵਿੱਚ ਵੀ ਥੋੜ੍ਹਾ ਬਹੁਤਾ ਇਹ ਦਹਿਸ਼ਤ ਵੀ ਪੈ ਜਾਂਦੀ ਹੈ, ਜਿਸ ਕਰਕੇ ਸਾਰੀਆਂ ਸੰਗਤਾਂ ਇੱਥੇ ਨਹੀਂ ਪਹੁੰਚ ਸਕਦੀਆਂ। ਮੈਂ ਬੇਨਤੀ ਕਰਾਂਗੀ ਕਿ ਘਰ ਬੈਠੇ ਹੀ ਜਿਹੜੀ ਸੰਗਤ ਨਹੀਂ ਪਹੁੰਚ ਸਕਦੀ ਦੇਸ਼ਾਂ ਵਿਦੇਸ਼ਾਂ 'ਚੋਂ ਹਰ ਸਟੇਟ ਵਿੱਚੋਂ, ਉਹ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਵਿੱਚ ਹੀ ਬਾਣੀ ਦਾ ਸਿਮਰਨ ਕਰਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਨੂੰ ਜਾਣਨ। ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਸਾਰਾ ਸਮਾਗਮ ਜਿਹੜਾ ਇਹ ਚੈਨਲਾਂ ਰਾਹੀਂ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਸੰਗਤਾਂ ਤੱਕ ਪਹੁੰਚਾਈਏ। ਮੇਰੀ ਹੱਥ ਜੋੜ ਕੇ ਬੇਨਤੀ ਨਿਮਰਤਾ ਸਾਹਿਬ ਸਮੂਹ ਸੰਗਤਾਂ ਨੂੰ, ਜਿੱਥੇ ਤੁਸੀਂ ਘਰ ਬਾਣੀ ਦੇ ਜਾਪ ਕਰਨੇ ਹੈ ਉੱਥੇ ਇਹਨਾਂ ਸਮਾਗਮਾਂ ਦਾ ਆਨੰਦ ਜਿਹੜਾ ਮੰਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਤੋਂ ਆਨੰਦ ਲਓ ਅਤੇ ਬਾਣੀ ਨਾਲ ਜੁੜੋ। ਕਿਸਾਨ ਅੰਦੋਲਨ ਨੂੰ ਸਮਰਥਨ ਲਗਾਤਾਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਮਿਲਦਾ ਹੈ, ਕੋਈ ਸਾਈਕਲ ਚਲਾ ਕੇ ਪੰਜਾਬ ਦੇ ਵਿੱਚੋਂ ਦਿੱਲੀ ਪਹੁੰਚਦਾ ਹੈ, ਕੋਈ ਪੈਦਲ ਚੱਲ ਕੇ ਪੰਜਾਬ 'ਚੋਂ ਦਿੱਲੀ ਪਹੁੰਚਦਾ ਹੈ, ਅਤੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕਿਸਾਨੀ ਅੰਦੋਲਨ ਨੂੰ ਸਮਰਥਨ ਦਿੰਦੇ ਨੇ। ਇਸੇ ਤਰ੍ਹਾਂ ਦਾ ਇੱਕ ਵਾਰ ਫਿਰ ਤੋਂ ਸਮਰਥਨ ਦੇਣ ਜਾ ਰਿਹਾ ਹੈ ਅੰਮ੍ਰਿਤਸਰ ਦਾ ਇਹ ਨੌਜਵਾਨ। ਇਹ ਨੌਜਵਾਨ ਦੌੜਾਕ ਹੈ ਜਿਸ ਦੇ ਵੱਲੋਂ ਹੁਣ ਅੰਮ੍ਰਿਤਸਰ ਤੋਂ ਦੌੜ ਸ਼ੁਰੂ ਕੀਤੀ ਹੈ ਜੋ ਦਿੱਲੀ ਦੇ ਬਾਰਡਰਾਂ ਤੱਕ ਜਾਏਗੀ। ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸਾਨਾਂ ਨੂੰ ਇਸ ਦੌੜ ਦੇ ਰਾਹੀਂ ਸਮਰਥਨ ਦੇ ਰਿਹਾ। ਜਿਹੜੀ ਇਹ ਦੌੜ ਆ ਗੁਰਦੁਆਰਾ ਯਾਦਗਾਰੇ ਸ਼ਹੀਦਾਂ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਤਿਆਗ ਅਤੇ ਵਿਰਾਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਦੇ ਸਥਾਨ ਤੋਂ 28 ਅਪ੍ਰੈਲ ਨੂੰ ਆਰੰਭਤਾ ਕੀਤੀ ਗਈ ਸੀ, ਜੋ ਪੜਾਅ ਦਰ ਪੜਾਅ ਹੁੰਦੀ ਅੱਜ ਦੂਸਰੇ ਦਿਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ, ਉਸ ਨਗਰੀ 'ਤੇ ਪਹੁੰਚੀ। ਸਮੁੱਚੀਆਂ ਸੰਗਤਾਂ ਨੇ ਅੱਜ ਮਾਨ ਸਨਮਾਨ ਨਾਲ ਸਿੰਘ ਦਾ ਮਾਨ ਸਤਿਕਾਰ ਕੀਤਾ। ਸੋ ਇਸੇ ਤਰ੍ਹਾਂ ਪੜਾਅ ਦਰ ਪੜਾਅ ਹੁੰਦੀ 12 ਦਿਨ ਦੇ ਵਿੱਚ 600 ਕਿਲੋਮੀਟਰ ਸਫ਼ਰ ਤੈਅ ਕਰਕੇ ਜਿਹੜੀ ਦਿੱਲੀ ਵਿਖੇ ਪਹੁੰਚੇਗੀ, ਜਿਹੜੀ ਸੁੱਤੀ ਸਰਕਾਰ ਹੈ ਉਹਨੂੰ ਜਗਾਉਣ ਵਾਸਤੇ ਇੱਕ ਯਤਨ ਅਤੇ ਉਪਰਾਲਾ ਕੀਤਾ ਜਾ ਰਿਹਾ। ਸੁੱਤੀ ਸਰਕਾਰ ਨੂੰ ਜਗਾਉਣਾ ਚਾਹੁੰਦਾ
ਅਤੇ ਸਾਡੇ PM ਨਰਿੰਦਰ ਮੋਦੀ ਨੂੰ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਮੰਤਰੀ ਬਣਾਇਆ ਉਹਨਾਂ ਨੂੰ ਜਗਾਉਣਾ ਚਾਹੁੰਦਾ ਕਿ ਉਹ ਆ ਕੇ ਸਾਡੀ ਗੱਲ ਸੁਣਨ ਕਿਉਂਕਿ ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ। ਉੱਧਰ ਕੋਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਸਿੱਖ ਇੱਕ ਵਾਰ ਫਿਰ ਤੋਂ ਪੂਰੇ ਮੁਲਕ ਦੇ ਵਿੱਚ ਚਰਚਾਵਾਂ ਦੇ ਵਿਸ਼ਾ ਨੇ ਕਿਉਂਕਿ ਸਿੱਖਾਂ ਦੇ ਵੱਲੋਂ ਜਿਹੋ ਜਿਹੇ ਕੰਮ ਬਿਪਤਾ 'ਚ ਫਸੇ ਇਨਸਾਨਾਂ ਦੇ ਲਈ ਕੀਤੇ ਜਾਂਦੇ ਨੇ ਉਹ ਵਾਕਿਆ ਹੀ ਕਾਬਲੇ ਤਾਰੀਫ ਹੁੰਦੇ ਨੇ। ਇੱਕ ਵਾਰ ਫਿਰ ਤੋਂ ਦਿੱਲੀ ਦੇ ਸਿੱਖਾਂ ਦੇ ਵੱਲੋਂ ਲੋਕਾਂ ਦਾ ਦਿਲ ਜਿੱਤ ਲਿਆ ਗਿਆ। ਦਿੱਲੀ ਦੇ ਸਿੱਖ ਲਗਾਤਾਰ ਦਿੱਲੀ ਦੇ ਵਿੱਚ ਵੱਧ ਰਹੀ ਕੋਰੋਨਾ ਮਹਾਮਾਰੀ ਦੇ ਕਹਿਰ ਦੇ ਦਰਮਿਆਨ ਆਮ ਲੋਕਾਂ ਦੇ ਲਈ ਸਹਾਰਾ ਬਣਦੇ ਜਾ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਦੇ ਵੱਲੋਂ ਵੀ ਆਪਣੀ ਅਗਵਾਈ ਦੇ ਹੇਠ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਦਰਮਿਆਨ ਲੋਕਾਂ ਦੇ ਲਈ ਲੰਗਰ ਦਾ ਪ੍ਰਬੰਧ ਹੋ ਰਿਹਾ ਹੈ ਅਤੇ ਨਾਲ ਹੀ ਆਕਸੀਜਨ ਦੇ ਸਿਲੰਡਰਾਂ ਦੀ ਰੀਫਿਲਿੰਗ ਦਾ ਪ੍ਰਬੰਧ ਵੀ ਕੀਤਾ ਗਿਆ। ਭਾਵ ਕਿ ਜੇਕਰ ਕਿਸੇ ਨੂੰ ਆਕਸੀਜਨ ਦੀ ਜ਼ਰੂਰਤ ਹੈ ਉਹ ਵੀ ਗੁਰਦੁਆਰਾ ਸਾਹਿਬ ਤੋਂ ਲਿਜਾ ਸਕਦਾ ਹੈ, ਕਿਸੇ ਨੂੰ ਲੰਗਰ ਦੀ ਜ਼ਰੂਰਤ ਹੈ ਉਹ ਵੀ ਗੁਰਦੁਆਰਾ ਸਾਹਿਬ ਤੋਂ ਲਿਜਾ ਸਕਦਾ ਹੈ। ਪੈਕ ਕਰਵਾ ਕੇ ਵੀ ਲੋਕਾਂ ਦੇ ਘਰਾਂ ਦੇ ਤੱਕ ਲੰਗਰ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਕਈ ਸੰਸਥਾਵਾਂ ਵੀ ਦਿੱਲੀ ਦੇ ਵਿੱਚ ਜੁਟੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਆਮ ਲੋਕਾਂ ਦੇ ਲਈ ਸਮਰਥਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੰਮ ਕੀਤੇ ਜਾ ਰਹੇ ਨੇ ਜੋ ਕਿ ਹਰ ਪਾਸੇ ਸ਼ਲਾਘਾ ਦਾ ਵਿਸ਼ਾ ਬਣਦੇ ਜਾ ਰਹੇ ਨੇ। ਗੈਸ ਅਭੀ ਤੋਂ ਦੇਖੋ ਸਿਲੰਡਰ ਰੱਖਾ ਹੋਇਆ ਮੇਰਾ ਤੋ ਅਭੀ ਲਾਈਨ ਲਾਈਨ ਮੇਂ ਲਗੇ ਹੋਏ ਹਮ ਲੋਗ ਤੋ ਜੈਸੀ ਨੰਬਰ ਆਏਗਾ ਫਿਰ ਹਮ ਗੈਸ ਭਰਵਾਏਂਗੇ। ਆਸਾਨੀ ਸੇ ਮਿਲ ਰਹੀ ਹੈ ਗੈਸ ਜੈਸੇ ਕਿ? ਨਹੀਂ ਨਹੀਂ ਆਸਾਨੀ ਸੇ ਨਹੀਂ ਮਿਲ ਰਹੀ ਹੈ ਬਹੁਤ। ਮੈਂ ਕੱਲ ਹੀ ਗਿਆ ਹੋਇਆ ਤਾ ਗਾਜ਼ੀਆਬਾਦ ਸਾਈਡ, ਮੈਂ ਪੂਰਾ ਆਕਸੀਜਨ ਪਲਾਂਟ ਮੇਂ ਗਿਆ ਤਾ ਵਹਾਂ ਪੇ ਅਵੇਲੇਬਲ ਨਹੀਂ ਥੀ ਗੈਸ, ਫਿਰ ਕੌਸ਼ਮ ਵੀ ਗਿਆ, ਫਰੀਦਾਬਾਦ ਗਿਆ, ਕਈ ਵੀ ਮਿਲ ਨਹੀਂ ਰਹੀ ਹੈ ਆਸਾਨੀ ਸੇ। ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਜਿਹੜੀ ਹੈ ਉਹ ਗ੍ਰੇਟਰ ਕੈਲਾਸ਼ ਤੋਂ ਪਿਛਲੇ ਲੋਕਡਾਊਨ 'ਚ ਹੋਈ ਸੀ, ਅੱਜ ਲੰਗਰ ਦੀ ਸੇਵਾ ਇੱਕ ਹਫ਼ਤੇ ਤੋਂ ਚੱਲ ਰਹੀ ਹੈ। ਕੋਵਿਡ ਪੇਸ਼ੈਂਟ ਦੇ ਘਰਾਂ ਦੇ ਵਿੱਚ ਲੰਗਰ ਡਿਲੀਵਰ ਕੀਤਾ ਜਾ ਰਿਹਾ, ਪਰ ਗੁਰਦੁਆਰਾ ਕਮੇਟੀ ਨੇ ਔਰ ਅਸੀਂ ਮਿਲ ਕੇ ਫੈਸਲਾ ਕੀਤਾ ਕਿ ਆਕਸੀਜਨ ਤੋਂ ਲੋਕ ਮਰ ਰਹੇ ਨੇ, ਭਾਵੇਂ ਉਹ ਮਹਿਲ 'ਚ ਰਹਿੰਦਾ ਭਾਵੇਂ ਉਹ ਗਰੀਬ ਦੀ ਝੁੱਗੀ ਹੈ, ਇੱਕ ਆਕਸੀਜਨ ਦੇ ਡਰੋਪ ਤੋਂ ਬਗੈਰ ਉਹਦੀ ਜੀਵਨ ਲੀਲਾ ਖਤਮ ਹੋ ਰਹੀ ਹੈ। ਅਸੀਂ ਪੰਜਾਬ ਤੋਂ, ਹਰਿਆਣੇ ਤੋਂ, ਦਿੱਲੀ ਤੋਂ, ਸਾਡਾ ਯੂਥ ਜਿਹੜਾ ਰਾਤੀ ਲਾਈਨਾਂ 'ਚ ਲੱਗਦਾ, ਟੈਂਪੂ ਲੈ ਕੇ ਜਾਂਦਾ, ਪੁਲਿਸ ਦੇ ਡੰਡੇ ਖਾਂਦਾ, ਗੈਸ ਇਕੱਠੀ ਕਰਦਾ ਔਰ ਗੈਸ ਇਕੱਠੀ ਕਰਕੇ ਤੁਹਾਡੇ ਸਾਹਮਣੇ ਹੈ। ਇੱਥੇ ਨਾ ਹਿੰਦੂ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਇਹ ਗੁਰੂ ਨਾਨਕ ਦੀ ਮਨੁੱਖਤਾ ਦਾ ਅੱਜ ਨਜ਼ਾਰਾ ਤੁਹਾਡੇ ਸਾਹਮਣੇ ਹੈ। ਇਹ ਗੁਰੂ ਨਾਨਕ ਦੀ ਮਨੁੱਖਤਾ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਗੁਰੂ ਘਰਾਂ ਦੇ ਵਿੱਚੋਂ ਅਸੀਂ ਗੈਸ ਮੁਫਤ ਦੇ ਰਹੇ ਹਾਂ। ਮੈਂ ਇਹ ਸਮਝਦਾ ਵਾਂ ਕਿ ਭਾਵੇਂ ਮੰਦਿਰ ਹੈ, ਗੁਰਦੁਆਰਾ ਹੈ, ਮਸਜਿਦ ਹੈ, ਈਸਾ ਘਰ ਹੈ, ਉੱਥੇ ਸਾਰਿਆਂ ਨੂੰ ਚਰਚ ਦੇ ਵਿੱਚ ਅੱਜ ਆਪਣੇ ਪੈਸੇ ਔਰ ਸੋਨੇ ਨਹੀਂ ਗਿਣਨੇ ਚਾਹੀਦੇ। ਇਹ ਕੱਢੋ ਬਾਹਰ ਪੈਸਾ, ਗਰੀਬਾਂ ਨੂੰ ਵੰਡੋ। ਜੇ ਇਹ ਗਰੀਬ ਨਹੀਂ ਰਹਿਣਗੇ ਤੁਹਾਡੇ ਗੁਰਦੁਆਰਿਆਂ ਅਤੇ ਮੰਦਰਾਂ 'ਚ ਕਿੰਨੇ ਆਉਣਾ ਹੈ? ਇਹ ਗੁਰੂ ਦਾ ਹੁਕਮ ਹੈ। ਮੈਂ ਸਮਝਦਾ ਕਿ ਗੁਰੂ ਘਰਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ, ਮੈਂ ਸਮਝਦਾ ਕਿ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਅੱਜ ਲੋਕ ਤੜਫਦੇ ਦੇਖ ਰਹੇ ਹਾਂ, ਸੜਕਾਂ 'ਤੇ ਮਰਦੇ ਦੇਖ ਰਹੇ ਹਾਂ। ਅੱਜ ਘੱਟੋ ਘੱਟ 100-150 ਬੰਦਿਆਂ ਦੀ ਜਾਨ ਅਸੀਂ ਜ਼ਰੂਰ ਬਚਾਵਾਂਗੇ। ਆਕਸੀਜਨ ਮਿਲ ਕੇ ਹੋ ਸਕਦਾ ਰਿਕਵਰ ਕਰ ਜਾਵੇ, ਨਾ ਰਿਕਵਰ ਕਰੇ ਤਾਂ ਹਸਪਤਾਲ ਜਾਣ ਯੋਗਾਂ ਨੂੰ ਕਰ ਦਿਆਂਗੇ ਤਾਂ ਕਿ ਉਹ ਹਸਪਤਾਲ ਪਹੁੰਚ ਸਕੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।